ਜਿਹੜੀਆਂ ਭਾਵਨਾਵਾਂ ਲੈ ਕੇ ਗੁਰੂ ਦੀ ਗੋਦ ਅੰਦਰ ਚੌਕੜੇ ਲਾ ਕੇ ਸੱਜ ਕੇ ਬੈਠੇ ਹੋ, ਮੇਰੇ ਸਤਿਗੁਰੂ ਤੁਹਾਡੀਆਂ ਭਾਵਨਾਵਾਂ ਨੂੰ ਫਲ ਲਾਉਣ, ਗੁਰਦੇਵ ਪਾਤਸ਼ਾਹ ਤੁਹਾਡੀਆਂ ਚੋਲੀਆਂ ਆਪਣੇ ਤਰਫ਼ ਖੁਸ਼ੀਆਂ ਨਾਲ ਭਰ ਕੇ ਤੋਰਨ, ਇਹ ਅਰਦਾਸ ਬੇਨਤੀ ਕਰਦਾ ਹੋਇਆ ਮੈਂ ਇਤਿਹਾਸ ਦਾ ਪਰਾਕਰਮ ਤੁਹਾਡੇ ਸਾਹਮਣੇ ਪ੍ਰਾਰੰਭ ਕਰਦਾ। ਸਤਿਕਾਰੀ ਅਫਸਰ ਸਿੰਘ, ਜੇ ਮੈਂ ਇਹੋ ਕਹਿ ਲਵਾਂ ਕਿ ਇਸ ਅਮੈਰੀਕਾ ਦੇ ਟੂਰ ਵਿੱਚ ਅੱਜ ਇਹ ਲਾਸਟ ਤਵਾਡ ਹੈ, ਮੈਂ ਤੁਹਾਡੀ ਹਜ਼ੂਰੀ ਅੰਦਰ ਇਹ ਲਾਸਟ ਤਵਾਡ ਦੇ ਇਤਿਹਾਸ ਦੀ ਵਿਚਾਰ ਸਟੇਜ ਉੱਤੇ ਕਰਨ ਵਾਸਤੇ ਖੜਾ ਹਾਂ ਅਤੇ ਕੋਈ ਅੱਧ ਕਥਨੀ ਦੀ ਬਾਤ ਨਹੀਂ ਹੈ। ਬੜਾ ਤੁਸਾਂ ਮਾਨ ਮਹਿਸੂਸ ਕੀਤਾ ਹੈ। ਪਹਿਲੀ ਵਾਰ ਜਦੋਂ ਮੈਂ ਤੁਹਾਡੇ ਦਰਸ਼ਨ ਦਾਰੇ ਵੀ ਆਇਆ ਉਦੋਂ ਵੀ 2 ਵੀਕ ਲਾ ਕੇ ਗਿਆ, ਇਹ ਲਾਸਟ ਵੀਕ ਵੀ ਤੁਹਾਡੇ ਪਿਆਰ ਸਦਕਾ ਤੁਹਾਡੇ ਦਰਸ਼ਨ ਦਾਰੇ ਲਈ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਹੁਕਮ ਸਰਕਾਰ ਤੁਹਾਡੇ ਦਰਸ਼ਨ ਦਾਰੇ ਨਸੀਬ ਹੋਈ ਹੈ। ਮੈਨੂੰ ਇਤਿਹਾਸ ਦੀ ਵਿਚਾਰ ਬਿਨੈ ਕਰਨ ਲਈ ਕੁਝ ਸੱਜਣਾਂ ਨੇ ਹੁਕਮ ਕੀਤਾ ਸੀ, ਮੈਂ ਉਹ ਇਤਿਹਾਸ ਦੀ ਵਿਚਾਰ ਤੁਹਾਡੇ ਸਾਹਮਣੇ ਪ੍ਰਾਰੰਭ ਕਰਨੀ ਚਾਹੁੰਦੇ। ਸਮਾਂ ਇੰਨਾ ਨਹੀਂ ਹੈ ਕਿ ਇੱਧਰ ਉੱਧਰ ਦੀਆਂ ਬਾਤਾਂ ਕਰਕੇ ਮੈਂ ਆਪਣੇ ਸਮੇਂ ਨੂੰ ਨਸ਼ਟ ਕਰਨ ਦਾ ਯਤਨ ਕਰਾਂ। ਜਿਹੜਾ ਮੈਨੂੰ ਹੁਕਮ ਹੋਇਆ ਹੈ ਮੈਂ ਉਹ ਇਤਿਹਾਸ ਦੇ ਪੰਨੇ ਤੁਹਾਡੇ ਸਾਹਮਣੇ ਅਰਧ ਕਰਨੀ ਚਾਹੁੰਦਾ। ਸਤਿਕਾਰੀ ਅਫਸਰ ਸਿੰਘ, ਮੈਨੂੰ ਹੁਕਮ ਹੋਇਆ ਹੈ ਕਿ ਮੈਂ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ, ਜਿਹੜੀ ਦਾਤ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੋਲੋਂ ਨਦੇੜ ਦੀ ਪਾਵਨ ਧਰਤੀ ਉੱਤੇ ਲਈ, ਉਸ ਸਿੱਖੀ ਦੀ ਦਾਤ ਨੂੰ ਉਹਨਾਂ ਆਪਣੇ ਅੰਤਮ ਸਵਾਸਾਂ ਤੇ ਕਿਵੇਂ ਨਿਭਾਇਆ, ਮੈਂ ਉਹ ਇਤਿਹਾਸ ਦੇ ਪੰਨੇ ਤੁਹਾਡੇ ਸਾਹਮਣੇ ਅਰਜ਼ ਕਰ ਸਕਾਂ। ਸੰਖੇਪ ਸ਼ਬਦਾਂ ਅੰਦਰ ਅਰਜ਼ ਕਰਦੇ ਹਾਂ, ਗੋਦਾਵਰੀ ਦਾ ਕਿਨਾਰਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮਾਧੋ ਦਾਸ ਦੇ ਆਸ਼ਰਮ ਅੰਦਰ ਆਏ, 3 ਸਤੰਬਰ 1708 ਨੂੰ ਮੱਸਿਆ ਦਾ ਦਿਨ ਹੈ ਤੇ ਮਾਧੋ ਦਾਸ ਬਰਾਕੀ ਆਪਣੇ ਆਸ਼ਰਮ ਅੰਦਰ ਨਹੀਂ, ਉਹਦੇ ਆਪਣੇ ਆਸ਼ਰਮ ਅੰਦਰ ਅੱਗ ਬਾਲਣ ਤੋਂ ਗ੍ਰਹਿਣ ਕੀਤਾ, ਕਿਉਂਕਿ ਮੱਸਿਆ ਵਾਲੇ ਦਿਨ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ। ਮੇਰੇ ਹਜ਼ੂਰ ਸਤਿਗੁਰੂ ਮਹਾਰਾਜ ਜੀ ਦੇ ਆਸ਼ਰਮ ਇਕੱਠੇ ਹੋਏ ਪਲ ਪੁੱਤੇ ਜਾਣ ਕੇ ਬੈਠੇ, ਜਦੋਂ ਮਾਧੋ ਦਾਸ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਵਰਤ ਲਈਆਂ, ਪਲਕ ਨਾ ਉਲਟਾਇਆ ਜਾ ਸਕਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਮਾਧੋ ਦਾਸ ਬਰਾਕੀ ਨੇ ਆਪਣੀ ਜ਼ਬਾਨ ਤੋਂ ਇੱਕ ਪਹਿਲਾ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕੀਤਾ। ਸਤਿਕਾਰੀਓ ਸਾਧ ਸੰਗਤ, ਵਿਦਵਾਨ ਸੱਜਣਾਂ ਦੀ ਲਿਖਤ ਨੂੰ ਪੜ੍ਹਿਆ ਜਾਏ, ਡਾਕਟਰ ਗੰਨਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਲਿਖਦੇ ਹਨ, ਉਹਦੇ ਕੀਤੇ ਹੋਏ ਸਵਾਲਾਂ ਦਾ ਜ਼ਿਕਰ ਕੀਤਾ ਹੈ। ਮਾਧੋ ਦਾਸ ਪਹਿਲਾ ਸਵਾਲ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ, ਉਹਦੇ ਸ਼ਬਦਾਂ ਦੀ ਵਰਣਨ ਹੈ, ਤੂੰ ਕੌਣ ਹੈ। ਮਾਧੋ ਦਾਸ ਕਹਿੰਦਾ ਹੈ ਤੂੰ ਕੌਣ ਹੈ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਆਪਣੀ ਆਤਮਾ ਤੋਂ ਪੁੱਛ। ਜਦੋਂ ਹਜ਼ੂਰ ਨੇ ਸ਼ਬਦ ਕਹੇ ਤੇ ਜਿਹੜਾ ਦੂਜਾ ਸਵਾਲ ਮਾਧੋ ਦਾਸ ਨੇ ਕੀਤਾ ਉਹਦੇ ਸ਼ਬਦਾਂ ਦੀ ਵਰਣਨ ਬਦਲ ਗਈ। ਉਹ ਕਹਿੰਦੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ, ਪਹਿਲਾ ਸਵਾਲ ਹੈ ਤੂੰ ਕੌਣ ਹੈ। ਜਦੋਂ ਦੂਸਰਾ ਸਵਾਲ ਕਰਦਾ ਹੈ ਮਾਧੋ ਦਾਸ ਬਰਾਕੀ ਕਹਿੰਦੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ, ਮੇਰੇ ਹਜ਼ੂਰ ਕਹਿੰਦੇ ਹਾਂ ਜਿਸ ਨੂੰ ਤੂੰ ਦਮ ਦਮ ਨਾਲ ਯਾਦ ਕਰਦੇ। ਹੁਣ ਮਾਧੋ ਦਾਸ ਬਰਾਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਿਉਂ ਕਰਦਾ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਲ ਦੀ ਤੰਦੀ ਤੋਂ ਚੱਲੇ ਹੋਏ ਤੀਰਾਂ ਦੇ ਤਰਕੇ ਮਾਧੋ ਦਾਸ ਬਰਾਕੀ ਸੋਚਦੇ ਹੋ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ? ਮੈਂ ਵੇਖ ਸਕਾਂ ਕਿ ਜਿਹਦੇ ਕਮਾਨ ਦੀ ਤਰਤੀ ਤੋਂ ਚੱਲੇ ਹੋਏ ਤੀਰਾਂ ਦੇ ਤਰਕੇ ਨੇ, ਜੇ ਉਹਦੇ ਮੁਕਾਬਲੇ ਉੱਤੇ ਰਾਜਾ ਹਰੀਕਤ ਹੰਡੂਰੀਆ ਆਵੇ ਤੇ ਉਹ ਮਾਰਿਆ ਜਾਏ, ਜੇ ਉਹਦੇ ਮੁਕਾਬਲੇ ਉੱਤੇ ਜਾ ਕੇ ਵਿਗੜ ਵਾਲਿਆ ਆਏ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਦਾ ਨਿਸ਼ਾਨਾ ਬਣ ਜਾਏ, ਜੇ ਨਾਥ ਹੋ ਜਾਏ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਦਾ ਵਾਰ ਕੋਈ ਚੱਲ ਸਕੇ, ਮੈਂ ਵੇਖਣਾ ਚਾਹੁੰਦਾ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੌਣ ਨੇ। ਮਾਧੋ ਦਾਸ ਸੋਚਦਾ ਸੀ ਕਿ ਮੈਂ ਭੱਜੀ ਜਾਂਦੀ ਹਿੰਦੀ ਉੱਤੇ ਤੀਰ ਦਾ ਵਾਰ ਕਰਾਂ, ਉਹ ਮੇਰੇ ਨਿਸ਼ਾਨੇ ਤੋਂ ਨਾ ਬਚ ਸਕੇ। ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਤੀਰਾਂ ਦੇ ਨਿਸ਼ਾਨਾ ਦੇ ਚਰਚੇ ਨੇ? ਮੈਂ ਵੇਖ ਸਕਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਸ਼ਬਦ ਕਹੇ ਕਿ ਜਿਸ ਨੂੰ ਤੂੰ ਦਮ ਦਮ ਯਾਦ ਕਰਦਾ ਹੈ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਉੱਤੇ ਡਹਿ ਪਿਆ। ਮੇਰੇ ਹਜ਼ੂਰ ਨੇ 4 ਸਤੰਬਰ 1708 ਈਸਵੀ ਖੰਡੇ ਬਾਟੇ ਦੀ ਪਾਉ ਦੇ ਕੇ ਮਾਧੋ ਦਾਸ ਤੋਂ ਨਾਲ ਬਖਸ਼ ਕੇ ਰੱਖਿਆ ਗੁਰਬਖਸ਼ ਸਿੰਘ ਹਜ਼ੂਰ ਦੇ ਦਰਬਾਰ ਅੰਦਰ ਰਹਿੰਦੇ ਤੇ ਮਾਧੋ ਦਾਸ ਬਰਾਕੀ ਤੋਂ ਬਣਿਆ ਹੋਇਆ ਸਰਦਾਰ ਬਾਜੂ ਸਿੰਘ ਇਹ ਕਹਿੰਦੇ ਕਿ ਹਜ਼ੂਰ ਮੈਂ ਤੁਹਾਡਾ ਬੰਦਾ ਹਾਂ। ਸਤਿਕਾਰੀਓ ਸਾਧ ਸੰਗਤ, ਜਿਹੜੇ ਮੇਰੇ ਬਜ਼ੁਰਗਾਂ ਨੇ ਫਾਰਸੀ ਜ਼ਬਾਨ ਪੜ੍ਹੀ ਹੈ ਉਹ ਮੈਨੂੰ ਪਤਾ ਹੋਵੇਗਾ ਕਿ ਜਿਹੜਾ ਬੰਦਾ ਸ਼ਬਦ ਫਾਰਸੀ ਦਾ ਸ਼ਬਦ ਹੈ ਤੇ ਪੰਜਾਬੀ ਅੰਦਰ ਇਸਦਾ ਅਲੱਥਾ ਹੈ ਗੁਲਾਮ।
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਅੰਦਰ ਮਾਧੋ ਦਾਸ ਬਰਾਕੀ ਤੋਂ ਬਣਿਆ ਹੋਇਆ ਸਰਦਾਰ ਗੁਰਬਖਸ਼ ਸਿੰਘ ਕਹਿੰਦੇ, ਹਜ਼ੂਰ ਮੈਂ ਤੁਹਾਡਾ ਗੁਲਾਮ ਹਾਂ ਤੇ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਤੂੰ ਸਾਡਾ ਬੰਦਾ ਹੈ ਸਾਡਾ ਗੁਲਾਮ ਹੈ ਫਿਰ ਅਸੀਂ ਤੈਨੂੰ ਬਹਾਦਰ ਬਣਾਉਂਦੇ ਹਾਂ, ਗੁਲਾਮ ਨਹੀਂ ਰਹਿਣ ਦਿੰਦੇ। ਮੇਰੇ ਹਜ਼ੂਰ ਸਤਿਗੁਰੂ ਮਹਾਰਾਜ ਜੀ ਨੇ ਇੱਕ ਖੰਡਾ ਬਖਸ਼ ਕੀਤਾ, ਪੰਜ ਸਿੱਖ ਦਿੱਤੇ ਔਰ ਨਗਾਰਾ ਦਿੱਤਾ, ਪੰਜ ਤੀਰ ਦਿੱਤੇ, 20 ਸਿੱਖ ਹੋਰ ਨਾਲ ਲੈ ਕੇ ਤੇ ਆਖਿਆ, ਬੰਦਾ ਸਿੰਘਾ ਤੇਰਾ ਸੁਭਾਅ ਹੈ ਸ਼ਿਕਾਰ ਕਰਨਾ, ਪਹਿਲਾਂ ਨਿਰਗੁਣ ਜੀਆਂ ਦਾ ਸ਼ਿਕਾਰ ਕਰਦਾ ਸੀ, ਲੈ ਹੁਣ ਤੈਨੂੰ ਜਾਨਵਰਾਂ ਦਾ ਆਲਾਤ ਕਰਨ ਵਾਸਤੇ ਸ਼ਿਕਾਰ ਕਰਨ ਵਾਸਤੇ ਪੰਜਾਬ ਦੀ ਧਰਤੀ ਤੇ ਭੇਜਦੇ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ, ਇਹਨੇ ਸਵਾਣਾ ਮੁਸਤਾਬਾਦ ਕਪੂਰੀ ਸਡਾਰਾ ਇਹ ਸਾਰੇ ਇਲਾਕੇ ਸੋਧਣ ਤੋਂ ਬਾਅਦ ਛੱਤ ਦੇ ਮਕਾਨ ਉੱਤੇ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਬਾਦ ਵਜ਼ੀਰ ਖਾਨ ਨੇ ਕਿਹਾ, ਯੋ ਵਜ਼ੀਰ ਖਾਨ ਤੇਰੇ ਪਾਪਾਂ ਦਾ ਕੀਤਾ ਹੋਇਆ ਜਿਹੜਾ ਹਿਸਾਬ ਕਿਤਾਬ ਹੈ ਉਹ ਕਰਨ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਭੇਜਿਆ, ਜੇ ਤੇਰੇ ਕੋਲ ਬਚਾਅ ਕੀਤਾ ਜਾਂਦਾ ਤੇ ਬਚਾਅ ਕਰ ਲੈ। ਸਤਿਕਾਰੀ ਸਾਧ ਸੰਗਤ, ਮਈ 1710 ਈਸਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਵਾੜ ਬੋਲੇ ਟੁੱਟੇ ਹੋਏ ਖਾਲਸਾ ਪੰਥ ਦੇ ਦਬਾਅ ਅੱਗੇ ਸਰਹਿੰਦ ਦਾ ਨਾਜ਼ਮ ਵਜ਼ੀਰ ਖਾਨ ਉਹਦੀਆਂ ਸੌਂਕੜੀਆਂ ਬਹੁਤਾ ਚਿਰ ਟੇਕ ਨਾ ਸਕੀਆਂ ਔਰ ਸਿੰਘਾਂ ਦੇ ਕਾਬੂ ਆ ਗਿਆ, ਬੈਠ ਕੇ ਉਹਦੇ ਮਗਰ ਪਾ ਕੇ ਭਜਾ ਕੇ ਔਰ ਉਸਦਾ ਖਾਤਮਾ ਕੀਤਾ। ਤੇ ਅਯੋ ਕਹਿ ਲਓ ਕਿ 1710 ਈਸਵੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਉੱਤੇ ਆਪਣਾ ਰਾਜ ਪਾਕ ਕਾਇਮ ਕਰ ਲਿਆ। ਮੈਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਪੜ੍ਹਦਾ ਹੈ ਤੇ ਵੀਰੋ ਜਿੰਨਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਿਆ, ਸਤਿਕਾਰਯੋਗ ਸਾਧ ਸੰਗਤ, ਜੇ ਕਿਤੇ ਉਸ ਤੋਂ ਵੱਧ ਸਮਾਂ ਪੰਜਾਬ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਦੀ ਵਾਗਡੋਰ ਆਪਣੇ ਹੱਥਾਂ 'ਚ ਰੱਖਣ ਵਾਸਤੇ ਮਿਲ ਜਾਂਦੀ, ਫਿਰ ਯਾਦ ਰੱਖਿਆ ਕਿ ਪੰਜਾਬ ਦਾ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੁੰਦਾ। ਕੇਵਲ ਤੇ ਕੇਵਲ 6 ਸਾਲ ਪੰਜਾਬ ਦਾ ਰਾਜਪਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਹੱਥਾਂ 'ਤੇ ਰੱਖਿਆ। ਮੈਂ ਜਦੋਂ ਇਤਿਹਾਸ ਦੇ ਪੱਤੇ ਉੱਤੋਂ ਸਿੱਖ ਜਰਨੈਲਾਂ ਦੀ ਦਾਸਤਾਨ ਪੜ੍ਹਦਾ ਤੇ 2 ਸਿੱਖ ਜਰਨੈਲ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਉਂਦੇ, ਉਹਨਾਂ ਦੀ ਬਹਾਦਰੀ ਦੇ ਚਰਚੇ ਵੀ ਇੱਕੋ ਜਿਹੇ ਨੇ ਤੇ ਉਹਨਾਂ ਦੀ ਬਹਾਦਰੀ ਦਾ ਰਾਜ ਪਾਕ ਕੌਮੀ ਵਾਕ ਦੌਰ ਆਪਣੇ ਹੱਥਾਂ ਦਾ ਰੱਖਣ ਦਾ ਵਕਤ ਕਾਲ ਵੀ ਇੱਕੋ ਜਿਹਾ ਹੈ। ਪਹਿਲਾ ਹੈ ਬਾਬਾ ਬੰਦਾ ਸਿੰਘ ਬਹਾਦਰ ਤੇ ਸਤਿਕਾਰੀ ਉਤਸਾਹ ਸਿੰਘ, ਦੂਸਰਾ ਹੈ ਸਿੰਘ ਪਰਮ ਦਾ ਮਹਾਨ ਜਰਨੈਲ ਜੋ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਜਾਣੇ ਗਏ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰ ਵਾਲੇ। ਜਿੰਨੀ ਸਿੱਖ ਕੌਮ ਦੀ ਵਾਕ ਦੌਰ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥਾਂ ਵਿੱਚ ਆਈ ਔਰ ਉਨੀ ਕੁ ਸਿੱਖ ਕੌਮ ਦੇ ਹੱਥ ਵਾਕ ਦੌਰ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰ ਵਾਲੇ ਦੇ ਹੱਥਾਂ ਵਿੱਚ ਆਈ। ਅੰਤਰੇ ਕੱਢ ਕੇ ਵੇਖੋ, 1708 ਈਸਵੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ ਤੇ 1716 ਈਸਵੀ ਅੰਦਰ ਸ਼ਹਾਦਤ ਹੁੰਦੀ, 8 ਸਾਲ ਦਾ ਅਰਸਾ ਹੈ। ਤੇ ਯਾਦ ਰੱਖਿਓ ਕਿ 1977 ਅੰਦਰ ਸੰਤ ਜਰਨੈਲ ਸਿੰਘ ਜੀ ਖਾਲਸਾ ਦਲ ਤੋਂ ਵੀ ਟਕਸਾਲ ਦੇ ਮੁਖੀ ਵਜੋਂ ਨਿਯੁਕਤ ਹੁੰਦੇ ਨੇ ਔਰ 1984 ਅੰਦਰ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੰਡਰ ਵਾਲੇ ਦੀ ਸ਼ਹਾਦਤ ਹੁੰਦੀ, ਬਿਲਕੁਲ ਸਮਾਂ ਉਹਨਾਂ ਮਿਲਿਆ ਹੈ। ਮੈਂ ਅੱਜ ਸਿੰਘ ਕੌਮ ਦੇ ਪਹਿਲੇ ਬਾਦਸ਼ਾਹ ਦੀ ਦਾਸਤਾਨ ਵੀ ਲੇਕਰ ਲੱਗਿਆ ਹਾਂ। ਆਓ ਪੰਜਾਬ ਦੀ ਧਰਤੀ ਉੱਤੇ ਬਟਾਲਾ, ਰਿਆੜਕੀ, ਕਲਾ ਲਾਹੌਰ, ਗੁਰਦਾਸ ਨਗਰ ਇਹਨਾਂ ਇਲਾਕਿਆਂ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਰਾਜ ਪਾਕ ਕਾਇਮ ਕਰ ਰਿਹਾ। ਦਿੱਲੀ ਦੇ ਹੁਕਮਰਾਜ ਫਤ ਸੀਹਰ ਬਾਦਸ਼ਾਹ ਨੇ ਆਪਸ ਮੁਲਕ ਦਲੇਰੇ ਤੱਕ ਨੂੰ ਹੁਕਮ ਲੈ ਕੇ ਭੇਜਿਆ, ਜਾਓ ਪੰਜਾਬ ਦੀ ਧਰਤੀ ਵਿੱਚੋਂ ਸਿੱਖ ਕੌਮ ਦੇ ਮਹਾਨ ਬਦਲ ਬਾਬਾ ਬੰਦਾ ਸਿੰਘ ਬਹਾਦਰ ਔਰ ਉਸ ਨੂੰ ਗ੍ਰਿਫਤਾਰ ਕਰਕੇ ਦਿੱਲੀ ਬੁਲਾਇਆ ਜਾਏ। ਆਪਸ ਮੁਲਕ ਦਲੇਰੇ ਤੱਕ ਪਹੁੰਚਣ ਲੈ ਕੇ ਚਲਿਆ, ਲਾਹੌਰ ਆਇਆ, ਲਾਹੌਰ ਦਾ ਪ੍ਰਬੰਧ ਆਪਣੇ ਹੱਥਾਂ ਕਰ ਲਿਆ ਤੇ ਸਰਕਾਰੀ ਉਪਸ਼ਾਸਨ ਦੀ ਫੌਜਾਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਹਮਲਾ ਹੋਇਆ। ਇਤਿਹਾਸ ਕਹਿੰਦੇ ਮਿਰਜ਼ਾ ਕੋਟ ਜਾਨ ਖਾਨ ਦੇ ਕੋਲ ਬਟਾਲੇ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਕੱਚਾ ਕਿਲਾ ਉਸਾਰਿਆ ਹੈ ਔਰ ਉਹਦੀਆਂ 3 ਬਾਹੀਆਂ ਉਸਾਰੀਆਂ ਗਈਆਂ ਨੇ ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਫਰਕਸੀਅਰ ਬਾਦਸ਼ਾਹ ਆਪਣੀ ਫੌਜ ਲੈ ਕੇ ਹਮਲਾ ਹੋਏ। ਹੁਣ ਨੀਤੀਵਾਨ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਮੈਦਾਨ ਵਿੱਚ ਲੜ ਕੇ ਸ਼ਹਾਦਤ ਕਰਨ ਨਾਲੋਂ ਔਰ ਪਿੱਛੇ ਪੈਰ ਹੀ ਹਟਦਿਆ ਔਰ ਰਾਜਨੀਤੀ ਦੀ ਲੜਾਈ ਕਰਨ ਦੀ ਸੋਚੀ ਪਿੱਛੇ ਹਟਦੇ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਗੁਰਦਾਸ ਨਗਰ ਦੀ ਗਲੀ ਅੰਦਰ ਜਿਹੜੀ ਇੱਕ ਦੁਨੀ ਚੰਦ ਜਿਮੀਦਾਰ ਦੀ ਹਵੇਲੀ ਹੈ ਔਰ ਉਹਦੇ ਅੰਦਰ ਆਪਣੇ ਸਰਦਾਰਾਂ ਸਮੇਤ ਜਾ ਕੇ ਗਿਰ ਗਏ। ਵਕਤ ਗੁਜ਼ਰਦਾ ਗਿਆ, 7-8 ਮਹੀਨੇ ਲੰਮਾ ਘੇਰਾ ਪਿਆ ਰਿਹਾ। ਗੁਰਦਾਸ ਨਗਰ ਦੀ ਗਲੀ ਅੰਦਰ ਜੋ ਕੁਝ ਦਾਣਾ ਮੱਠਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘ ਸਰਦਾਰਾਂ ਨੇ ਇਕੱਠਾ ਕੀਤਾ ਸੀ ਉਹ ਮੁੱਕ ਗਿਆ। ਸ਼ਰਤਾਂ ਰੱਖ ਕੇ ਇੱਕ ਚਿੱਠੀ ਆਪਦਾ ਸਮੁੰਦਰ ਦਾ ਦਲੇਰੇ ਤੱਕ ਨੇ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਭੇਜੀ। ਚਿੱਠੀ ਉੱਤੇ ਲਿਖਿਆ ਗਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨਗਰ ਦੀ ਗਲੀ ਨੂੰ ਖਾਲੀ ਕਰ ਦੇਵੇ, ਸ਼ਾਹੀ ਫੌਜ ਕੁਝ ਨਹੀਂ ਕਰੇਗੀ। ਤੇ ਦੂਸਰੀ ਸ਼ਰਤ ਸੀ ਬਾਦਸ਼ਾਹ ਦੇ ਹੁਕਮ ਵਜੋਂ
ਉਹਨੂੰ ਕਿਸੇ ਇਲਾਕੇ ਅੰਦਰ ਜ਼ਮੀਰ ਦਿੱਤੀ ਜਾਏਗੀ ਜਿੱਥੇ ਰਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਜ਼ਿੰਦਗੀ ਦਾ ਦਰਬਾਰ ਕਰ ਸਕੇ। ਇਸ ਵਾਰ ਕਸਮਾਂ ਦੀ ਪੁਸ਼ਟੀ ਲਈ ਕੁਰਾਨ ਸ਼ਰੀਫ ਰੱਖ ਕੇ ਦੁਸ਼ਮਣ ਕਸਮਾ ਖਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਸੀ ਸਿੰਘੋ ਨਹੀਂ ਅਜੇ ਵਕਤ ਦੂਰ ਨਹੀਂ, 1704 ਈਸਵੀ ਅੰਦਰ ਵੀ ਇਹਨਾਂ ਜਾਗਮਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕੋਲੋਂ ਕਸਮਾਂ ਪਵਾ ਕੇ ਅਨੰਦਪੁਰ ਦਾ ਕਿਲ੍ਹਾ ਛੁਡਾਇਆ ਸੀ। ਇਹਨਾਂ ਸਾਰੀਆਂ ਕਸਮਾਂ ਸ਼ਿੰਦੀ ਉੱਤੇ ਡੱਕ ਦਿੱਤੀਆਂ ਸਨ, ਇਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਸਤਿਕਾਰਯੋਗ ਸਾਧ ਸੰਗਤ, ਸਿੱਟਾ ਕੀ ਨਿਕਲਿਆ? ਬਾਬਾ ਬਲੋਚ ਸਿੰਘ ਜੀ ਆਪਣੇ ਸਾਥੀਆਂ ਸਮੇਤ ਗੜੀ ਨੂੰ ਖਾਲੀ ਕਰਕੇ ਤੁਰ ਗਏ। ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਮੰਡਲ ਦੀ ਗੜੀ ਅੰਦਰ ਆ ਕੋਈ ਵਕਤ ਸਾਹਮਣੇ ਨਾ ਵੇਖ ਕੇ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਮਹਿਤੋ ਦੀ ਗੜੀ ਦਾ ਦਰਵਾਜ਼ਾ ਖੋਲਿਆ। ਸਿੰਘ ਤਿੰਨ ਹਜ਼ਾਰ ਮੈਦਾਨੇ ਜੰਗ ਨੂੰ ਲਟਾ ਦਿੱਤਾ ਗਿਆ ਬਹਾਦਰ ਬਣ ਕੇ। ਜਿਹੜੀਆਂ ਤਲਵਾਰਾਂ ਆਪੋ ਸਮੁੱਦ ਖਾਂ ਦਲੇਰੇ ਜੰਗ ਦੀ ਫੌਜ ਦੀਆਂ ਮਿਆਨ ਵਿੱਚੋਂ ਬਾਹਰ ਨਹੀਂ ਸਨ ਨਿਕਲਦੀਆਂ, ਔਰ ਬਚੇ ਹੋਏ ਸਿੰਘਾਂ ਉੱਤੇ ਤਲਵਾਰ ਦੇ ਵਾਰ ਕਰਕੇ ਔਰ ਉਹਨਾਂ ਦੇ ਸਿਰ ਵੱਢ ਕੇ ਨੇੜਿਆਂ ਦੀ ਨੋਕ ਉੱਤੇ ਡੰਗ ਕੇ ਔਰ ਜਲੂਸ ਦੀ ਸ਼ਕਲ ਅੰਦਰ ਆਪੋ ਸਮੁੱਦ ਖਾਂ ਦਲੇਰੇ ਜੰਗ ਲਾਹੌਰ ਨੂੰ ਤੁਰਿਆ। ਲਾਹੌਰ ਬਣ ਗਿਆ। ਲਾਹੌਰ ਦੇ ਮੈਦਾਨ ਅੰਦਰ ਸਿੰਘਾਂ ਦਾ ਜਲੂਸ ਕੱਢਿਆ ਗਿਆ। ਲਾਹੌਰ ਦੇ ਕਿਲ੍ਹੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦ ਕਰ ਦਿੱਤਾ ਗਿਆ। ਕੌਣ ਜਾਣਦਾ ਸੀ ਅੱਜ ਲਾਹੌਰ ਦੇ ਕਿਲ੍ਹੇ ਅੰਦਰ ਬੰਦ ਹੋਣ ਵਾਲੇ ਕਦ ਇਸ ਲਾਹੌਰ ਦੇ ਕਿਲ੍ਹੇ ਦੇ ਵਾਲ ਵੀ ਬਣਨਗੇ। ਸਤਿਕਾਰਯੋਗ ਸਾਧ ਸੰਗਤ, ਫਤਸੀਅਤ ਪਾਤਸ਼ਾਹ ਨੇ ਗੱਲੇ ਚਿੱਠੀ ਲਿਖੀ ਗਈ ਦਲੇਰੇ ਜੰਗ ਵੱਲੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ। ਜਿਹੜਾ ਬੰਦਾ ਚਿੱਠੀ ਲੈ ਕੇ ਦਿੱਲੀ ਦਰਬਾਰ ਅੰਦਰ ਪਹੁੰਚ ਗਿਆ, ਫਤਸੀਅਤ ਪਾਤਸ਼ਾਹ ਨੇ ਆਪਣੇ ਗਲ ਵਿੱਚੋਂ ਸੋਨੇ ਦਾ ਕੈਂਠਾ ਲਾ ਕੇ ਉਹਦੇ ਗਲ ਵਿੱਚ ਪਾ ਕੇ ਉਹਦਾ ਨਾਮ ਬਦਲ ਕੇ ਉਹਦਾ ਨਾਮ ਰੱਖਿਆ ਖੁਸ਼ਗਵਾਰ ਖਾਂ, ਕਿ ਖੁਸ਼ੀ ਦੀ ਖਬਰ ਦਿੱਤੀ ਹੈ। ਔਰ ਫਤਸੀਅਤ ਪਾਤਸ਼ਾਹ ਨੇ ਇਨਾਮ ਦਿੱਤਾ, ਜਵਾਬ ਦਿੱਤਾ ਚਿੱਠੀ ਦਾ ਕਿ ਲਾਹੌਰ ਦੇ ਪ੍ਰਬੰਧ ਲਈ ਤੂੰ ਲਾਹੌਰ ਰਹਿਣਾ ਚਾਹੀਦਾ ਹੈ, ਤੇਰਾ ਪੁੱਤਰ ਜ਼ਕਰੀਆ ਖਾਨ ਮੁਹੰਮਦ ਅਮੀਨ ਖਾਨ ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਨਾਲ ਲੈ ਕੇ ਦਿੱਲੀ ਦਰਬਾਰ ਅੰਦਰ ਪੇਸ਼ ਹੋਣ। ਸਤਿਕਾਰਯੋਗ ਸਾਧ ਸੰਗਤ, ਪੰਜਾਬ ਵਿੱਚ ਵੀ ਗੁਜ਼ਰਦਿਆਂ ਹੋਇਆ ਜਦੋਂ ਜ਼ਕਰੀਆ ਖਾਨ ਨੇ ਕੈਦੀਆਂ ਦੀ ਗਿਣਤੀ ਕੱਦ ਵੇਖੀ, ਉਹਦੇ ਦਿਲ ਅੰਦਰ ਖਿਆਲ ਆਇਆ ਕਿ ਇੰਨੇ ਕੁ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਵੇਖ ਕੇ ਬਾਦਸ਼ਾਹ ਖੁਸ਼ ਨਹੀਂ ਹੋਵੇਗਾ, ਲਾਂਘ ਨਾ ਪਾਵੇਗਾ ਕਿ ਕੀ ਇੰਨੇ ਕੁ ਸਿੰਘਾਂ ਨੇ ਮੇਰੀ ਫੌਜ ਨੂੰ 8 ਮਹੀਨੇ ਵਕਤ ਪਾ ਛੱਡਿਆ। ਸਤਿਕਾਰਯੋਗ ਸਾਧ ਸੰਗਤ, ਫਿਰ ਪੰਜਾਬ ਅੰਦਰ ਜ਼ੁਲਮੀ ਤਲਵਾਰ ਚਲੀ, ਇੰਨੀ ਕਤਲੇਆਮ ਹੋਈ, ਅੰਦਾਜ਼ਾ ਲਗਾਉਣਾ ਔਖਾ ਹੈ। ਮੈਂ ਬੜੀ ਵਾਰ ਸਟੇਜਾਂ ਉੱਤੇ ਕਿਹਾ, ਬੰਦਾ ਕਿੱਡਾ ਤਲਵਾਰ ਹੋ ਜਾਏ, ਕਿੰਨਾ ਉਹਦੇ ਕੋਲ ਤਨ ਹੋ ਜਾਏ, ਕਿੰਨਾ ਉਹਦਾ ਹੁਕਮ ਚੱਲਦਾ ਹੋਵੇ, ਓਨੀ ਕਤਲੇਆਮ ਉਹ ਬੰਦਾ ਨਹੀਂ ਕਰਵਾ ਸਕਦਾ ਜਿੰਨੀ ਕਤਲੇਆਮ ਸਰਕਾਰਾਂ ਦੇ ਹੁਕਮ ਨਾਲ ਹੁੰਦੀ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਦਾ ਮਜ਼ਬੂਤ ਬਣ ਕੇ ਵੇਖੋ, ਸਿੰਘਾਂ ਦੀ ਜਦੋਂ ਕਤਲੇਆਮ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਏਗੀ ਔਰ ਉਦੋਂ ਸਰਕਾਰਾਂ ਦੇ ਹੁਕਮ ਸਦਕਾ ਹੋਈ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਏਗੀ। ਹੁਕਮ ਦਿੱਤਾ ਜ਼ਕਰੀਆ ਖਾਨ ਨੇ ਕਿ ਕੈਦੀਆਂ ਦੀ ਗਿਣਤੀ ਵਧਾਈ ਜਾਏ ਔਰ ਜਿਹੜਾ ਮੇਰੂ ਦਾ ਯੁੱਧ ਕਰੇ ਉਸਨੂੰ ਤਲਵਾਰ ਨਾਲ ਕਤਲ ਕਰ ਦਿੱਤਾ ਜਾਏ। ਪੰਜਾਬ ਅੰਦਰ ਕਿੰਨੀ ਕਤਲੇਆਮ ਹੋਈ ਹੁਣ ਅੰਦਾਜ਼ਾ ਤੁਸੀਂ ਲਗਾਓਗੇ। 700 ਗੱਡਾ ਸਿੰਘਾਂ ਦੇ ਸਿਰਾਂ ਦਾ ਭਰ ਕੇ ਪੰਜਾਬ ਦੀ ਧਰਤੀ ਉੱਤੋਂ ਦਿੱਲੀ ਨੂੰ ਰਵਾਨਾ ਕੀਤਾ ਗਿਆ, 700 ਗੱਡਾ ਸਿੰਘਾਂ ਦੇ ਸਿਰਾਂ ਦਾ। ਹੁਣ ਇੱਕ ਗੱਡੇ ਅੰਦਰ ਕਿੰਨੇ ਸਿਰ ਆ ਸਕਦੇ ਨੇ, ਸਿੰਘ ਦੇ ਸਿੰਘ ਦੇ ਸਿਰ ਦਾ ਆਕਾਰ ਕਿੰਨੇ, ਤੇ 700 ਗੱਡੇ ਅੰਦਰ ਕਿੰਨੇ ਸਿਰ ਆਏ ਹੋਣਗੇ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। 27 ਫਰਵਰੀ 1716 ਈਸਵੀ ਨੂੰ ਔਰ ਦਿੱਲੀ ਦੇ ਨਜ਼ਦੀਕ ਆਪੋ ਸਮੁੱਦਰ ਦਾ ਦਰੇਰੇ ਜੰਗ ਤੇ ਜ਼ਕਰੀਆ ਖਾਨ ਹੋ ਗਿਆ। ਹੁਕਮ ਲਿਆ ਗਿਆ ਬਾਦਸ਼ਾਹ ਦਾ ਕਿ 29 ਫਰਵਰੀ ਨੂੰ ਮੇਰੇ ਦਰਬਾਰ ਅੰਦਰ ਪੇਸ਼ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੇਸ਼ ਕੀਤਾ ਗਿਆ, ਉਹਦੇ ਸਾਥੀਆਂ ਨੂੰ 3 ਹਿੱਸੇ ਵਿੱਚ ਵੰਡ ਦਿੱਤਾ ਗਿਆ। ਜਿਹੜੇ 694 ਸਾਥੀ ਕੈਦੀ ਸਰਦਾਰ ਸਨ ਉਹ 17 ਕੋਤ ਬੰਦ ਦੇ ਹਵਾਲੇ ਕੀਤੇ ਗਏ ਕਿ ਇਹਨਾਂ ਵਿੱਚੋਂ 100 ਸਿੰਘ ਰੋਜ਼ ਦਾ ਕਤਲ ਕੀਤਾ ਜਾਏ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੀ ਤਰੁਣ ਪਤਨੀ ਦਿੱਲੀ ਦੇ ਗੁਲਾਮ ਖਾਨੇ ਅੰਦਰ ਭੇਜ ਦਿੱਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ 36 ਸਰਦਾਰ ਤਰਕੋਲੀਆ ਦੀ ਜੇਲ੍ਹ ਅੰਦਰ ਬੰਦ ਕਰ ਦਿੱਤੇ ਗਏ। ਹੁਣ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਇਹਨਾਂ ਸਿੰਘਾਂ ਵਿੱਚੋਂ 100 ਸਿੰਘ ਰੋਜ਼ ਦਾ ਕਤਲ ਕੀਤਾ ਜਾ ਸਕੇ। ਸਤਿਕਾਰਯੋਗ ਸਾਧ ਸੰਗਤ, ਸਰਬਰਾਖਣ ਕੋਤਵਾਲ ਨੇ ਪਤਨਗਾ ਦੀ ਬਾਤ ਦੂਰ ਆਪਣੇ ਹੱਥ ਅੰਦਰ ਸੰਭਾਲੀ, ਜਲਾਬ ਬੁਲਾ ਲਿਆ ਗਿਆ, ਉਹਦੇ ਹੱਥ ਅੰਦਰ ਤਲਵਾਰ ਦਿੱਤੀ ਗਈ ਤੇ 100 ਸਿੰਘਾਂ ਦਾ ਜਥਾ ਜੇਲ੍ਹ ਵਿੱਚੋਂ ਕੱਢ ਕੇ ਦਿੱਲੀ ਦੀ ਕਤਲਗਾਹ ਅੰਦਰ ਲਿਆਂਦਾ ਗਿਆ। ਸਰਬਰਾਖਣ ਕੋਤਵਾਲ ਨੇ ਸ਼ਾਹੀ ਫਰਮਾਨ ਸੁਣਾਏ ਕਿ ਜਿਹੜਾ ਇਹ ਗੱਲ ਕਹਿ ਦੇਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਨਹੀਂ ਉਹਦੀ ਜਾਨ ਬਖਸ਼ ਦਿੱਤੀ ਜਾਏਗੀ, ਜਿਹੜਾ ਇਹ ਗੱਲ ਕਹੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਾਂ ਉਹਦੇ ਕੰਨ ਉੱਤੇ ਤਲਵਾਰ ਚੱਲੇਗੀ। ਆਹੋ ਰੱਖੀਏ
पंत महाराज 1716 ईस्वी का दिन है, 100 सितंबर पहला जत्था दिल्ली की कतलगाह अंदर शहीद होने वास्ते आ रहे। एक पास शाही फरमान सुनाया जा रहे हैं, एक पास गुरु गोबिंद सिंह महाराज जी ने सिख हंस हंस के अपने शहादत का देने दे रहे हैं। एक इतिहास का मजबूत प्रारंभ कर रहा है। दिल्ली की कतलगाह अंदर 100 सिंह का जत्था 1716 ईस्वी में गुरु गोबिंद सिंह महाराज की पत्नी कीती हुई सिक्की लगाता हुआ हंस हंस के शहादत का जाम इन पीले
ਤੇ ਦੋਨੀਆਂ ਨਜ਼ਰਾਂ ਦੇ ਸਾਹਮਣੇ ਸ਼ਾਹੀ ਫਰਮਾਨ ਸੁਣਾਇਆ ਜਾਣ ਲੱਗਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਨਹੀਂ ਉਹਦੀ ਜਾਨ ਬਖਸ਼ਣੀ ਲਾਇਕ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ ਉਹਦੇ ਕੰਮ ਤੇ ਤਲਵਾਰ ਲੱਗੀ। ਸਤਿਕਾਰਯੋਗ ਸਾਧ ਸੰਗਤ, ਮੈਂ ਜਦੋਂ ਇਤਿਹਾਸ ਦੇ ਪੰਨੇ ਪੜ੍ਹਦਾ ਹਾਂ ਸੋਚ ਟਕਰਾਉਂਦਾ ਨਹੀਂ ਹੈ ਕਿ ਇੰਨੇ ਅੱਤ ਦੇ ਮੁਸੀਬਤ ਦੇ ਸਮੇਂ ਅੰਦਰ ਔਰ ਉਹਨਾਂ ਵਿੱਚੋਂ ਇੱਕ ਵੀ ਐਸਾ ਬੰਦਾ ਨਹੀਂ ਨਿਕਲਿਆ ਜਿਸ ਨੇ ਗੱਲ ਕਹੀ ਹੋਈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਹੀਂ। ਹੱਸ ਹੱਸ ਕੇ ਸੌ ਸਿੰਘਾਂ ਦਾ ਜਥਾ ਦਿੱਲੀ ਦੀ ਕਤਲਗਾਹ ਅੰਦਰ ਸ਼ਹੀਦ ਹੋਏ, ਦੂਸਰੇ ਦਿਨ ਸੌ ਸਿੰਘਾਂ ਦਾ ਜਥਾ ਆਇਆ, ਸ਼ਾਹੀ ਫਰਮਾਨ ਸੁਣਾਇਆ ਗਿਆ, ਇੱਕ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸਿੱਖੀ ਤੋਂ ਮੋਖ ਨਹੀਂ ਮੋੜਿਆ। 694 ਸਿੰਘ ਦਿੱਲੀ ਦੀ ਕਤਲਗਾਹ ਅੰਦਰ ਤਲਵਾਰ ਦਾ ਕਤਲ ਕਰ ਦਿੱਤੇ ਗਏ, ਜਿਨ੍ਹਾਂ ਦੇ ਜੀਂਦਿਆਂ ਦੀ ਕਿਸੇ ਦੇ ਦਿਲ ਅੰਦਰ ਦਰਦ ਨਹੀਂ ਔਰ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਦੇ ਦਿਲ ਅੰਦਰ ਕੀ ਦਰਦ ਸੀ, ਉਹਨਾਂ ਦੇ ਮ੍ਰਿਤਕ ਸਰੀਰ ਕਤਲਗਾਹ ਅੰਦਰ ਪਏ ਰਹੇ, ਕਾ ਇਲਾ ਉਹਨਾਂ ਦੇ ਸਰੀਰ ਦਾ ਮਾਸ ਲੋਟ ਲੋਟ ਕੇ ਦਰਖਤਾਂ ਉੱਤੇ ਬੈਠੀਆਂ ਰਹੀਆਂ, ਜਿੰਨੇ ਲਾਗੇ ਲਾਗੇ ਕਤਲਗਾਹ ਦੇ ਦਰਖਤ ਦੁਆਰਾ ਸਨ, ਯਾਦ ਰੱਖਿਆ ਜੇ ਸਾਰੀਆਂ ਸਿੰਘਾਂ ਦੇ ਖੂਨ ਨਾਲ ਰੰਗੀਆਂ ਗਈਆਂ ਔਰ ਦਰਖਤਾਂ ਦੇ ਪੱਤੇ ਵੀ ਸਿੰਘਾਂ ਦੇ ਖੂਨ ਨਾਲ ਰੰਗੇ ਗਏ। 694 ਸਿੰਘ ਕਤਲ ਕਰਨ ਤੋਂ ਬਾਅਦ ਫਰਕ ਸੀਅਰ ਬਾਦਸ਼ਾਹ ਤੱਕ ਰਿਪੋਰਟ ਮੰਗੀ ਕਿ ਉਹਨਾਂ ਵਿੱਚੋਂ ਇੱਕ ਵੀ ਕਿਸੇ ਸਿੰਘ ਨੇ ਇਸਲਾਮ ਤੋਂ ਵਾਲ ਨਹੀਂ ਕੀਤਾ, ਮੱਥੇ ਉੱਤੇ ਹੱਥ ਮਾਰਿਆ ਹਿੰਦੁਸਤਾਨ ਦੇ ਬਾਦਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਸਿੱਖਾਂ ਅੰਦਰ ਕੀ ਭਰਿਆ ਜਿਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਤੋਂ ਮੁੱਖ ਨਹੀਂ ਮੋੜਿਆ। ਸਤਿਕਾਰਯੋਗ ਸਾਧ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਵਾਸਤੇ ਹੁਕਮ ਜਾਰੀ ਕਰ ਦਿੱਤੇ ਗਏ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੇਰੇ ਦਰਬਾਰ ਅੰਦਰ ਪੇਸ਼ ਕੀਤਾ ਜਾਏ। ਮੈਂ ਅਰਜ਼ ਕਰਦੀ ਹਾਂ ਸਤਿਕਾਰਯੋਗ ਸਾਧ ਸੰਗਤ, ਦਸੰਬਰ ਮਹੀਨੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਹੋਏ, ਜਨਵਰੀ ਫਰਵਰੀ ਤੇ ਮਾਰਚ ਦੇ ਅੰਦਰ ਉਹਦੇ ਸਾਥੀ ਤਲਵਾਰ ਨਾਲ ਕਤਲ ਕੀਤੇ ਗਏ, ਮਈ ਦਾ ਮਹੀਨਾ ਲੱਗੇ ਔਰ 4-5 ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੇਲ੍ਹ ਅੰਦਰ ਇਹਨੇ ਦੁੱਖ ਦਿੱਤੇ ਗਏ ਔਰ ਭੁੱਖਾ ਰੱਖਿਆ ਗਿਆ। ਅਕਸਰ ਜੋ ਸਰਕਾਰਾਂ ਔਰ ਸ਼ੁਰੂ ਤੋਂ ਸਿੱਖ ਕੌਮ ਨਾਲ ਕਰਦੀਆਂ ਆਈਆਂ ਤੇ ਹੁੰਦਾ ਰਹੇਗਾ, ਆਪਣੇ ਸਰੀਰ ਉੱਤੇ ਹਰ ਦੁੱਖ ਨੂੰ ਤਲਿਆ। ਹੁਕਮ ਹੋਇਆ ਫਤ ਸਿੰਘ ਬਾਦਸ਼ਾਹ ਵੱਲੋਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੇਰੇ ਦਰਬਾਰ ਅੰਦਰ ਪੇਸ਼ ਕੀਤਾ ਜਾਏ। ਹੁਣ 3 ਚੀਜ਼ਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਬੇਟੀਆਂ ਗਈਆਂ, ਇੱਕ ਤਿੰਨੇ ਦੀਆਂ ਤਾਰਾਂ ਨਾਲ ਕੱਢੀ ਹੋਈ ਲਾਲ ਰੰਗ ਦੀ ਜੁੱਤੀ, ਇੱਕ ਲਾਲ ਰੰਗ ਦੀ ਪੁਸ਼ਾਕ ਤੇ ਇੱਕ ਸਿਰ ਤੇ ਦਸਤਾਰ ਸਜਾਉਣ ਲਈ ਫਰਕਸੀਅਰ ਬਾਦਸ਼ਾਹ ਦੇ ਹੁਕਮ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਈ। ਉਹ ਤਿੰਨੇ ਚੀਜ਼ਾਂ ਸਰੀਰ ਉੱਤੇ ਸਜਾ ਕੇ ਫਰਕਸੀਅਰ ਬਾਦਸ਼ਾਹ ਦੇ ਦਰਬਾਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਪੇਸ਼ ਹੋਇਆ। ਫਰਕਸੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਸਵਾਲ ਕਰਦੇ ਹੋਏ ਆਖਿਆ, ਬੰਦਾ ਸਿੰਘਾ, ਜਿਹੜੇ ਸਾਥੀਆਂ ਉੱਤੇ ਤੂੰ ਮਾਣ ਕਰਦਾ ਸੈ ਉਹ ਸਾਰੇ ਤਲਵਾਰ ਨਾਲ ਕਤਲ ਕਰ ਦਿੱਤੇ ਗਏ ਨੇ, ਤੇਰਾ ਸਾਥੀ ਕੋਈ ਜੀਵਤ ਨਹੀਂ ਰਹਿ ਗਿਆ, ਹੁਣ ਜੇ ਤੂੰ ਜ਼ਿੰਦਗੀ ਦੀ ਖੈਰ ਚਾਹੁੰਦੇ ਤੇ ਸਿੱਖੀ ਛੱਡ ਕੇ ਇਸਲਾਮ ਧਾਰਨ ਕਰ ਲੈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਬਾਦਸ਼ਾਹ ਸਲਾਮਤ, ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਦਾਤ ਹੈ, ਇਹ ਸਿੱਖੀ ਮੇਰੇ ਕੇਸਰ ਸਵਾਸਾ ਸੰਗ ਨਿਭੇਗੀ, ਇਸ ਸਿੱਖੀ ਤੋਂ ਮੈਨੂੰ ਕੋਈ ਦੂਰ ਨਹੀਂ ਕਰ ਸਕਦਾ। ਇਹ ਮੋੜਵਾ ਜਵਾਬ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਇੱਕ ਆਤਮ ਤਦ ਸ਼ੀਸ਼ਾ ਮੰਗਵਾਇਆ ਗਿਆ, ਹਰਕ ਸੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ ਸਾਹਮਣੇ ਖੜੀਆਂ ਕਰਕੇ ਇੱਕ ਸਵਾਲ ਕਰਦੇ ਹੋਏ ਆਖਿਆ, ਬੰਦਾ ਸਿੰਘ, ਇਸ ਆਤਮ ਤਦ ਸ਼ੀਸ਼ੇ ਅੰਦਰ ਵੇਖ ਕੇ ਦੱਸ ਕੇ ਤੈਨੂੰ ਨਜ਼ਰ ਕੀ ਆ ਰਿਹਾ ਹੈ। ਬਾਦਸ਼ਾਹ ਸੋਚਦਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ੀਸ਼ੇ ਅੰਦਰ ਖਲੋ ਕੇ ਇਹ ਦਸਤਾਰ ਇਹ ਪੁਸ਼ਾਕ ਇਹ ਜੁੱਤੀ ਪਹਿਨੀ ਹੋਈ ਤੱਕੇਗਾ, ਇਹਦਾ ਮਨ ਲਾਲ ਕੀ ਕਰ ਆਏਗਾ ਔਰ ਇਸ ਨੂੰ ਆਪਣੇ ਨਿਸ਼ਾਨੇ ਤੋਂ ਡਰਾ ਲਿਆ ਜਾਏਗਾ। ਆਤਮਕਰ ਸ਼ੀਸ਼ਾ ਮੰਗਵਾਇਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਉਹਦੇ ਸਾਹਮਣੇ ਖੜੇ ਹੋਏ। ਬਾਦਸ਼ਾਹ ਨੇ ਆਖਿਆ, ਬੰਦਾ ਸਿੰਘ ਇਹਦੇ ਵਿੱਚੋਂ ਕੀ ਨਜ਼ਰ ਆਏ? ਹੁਣ ਬਾਦਸ਼ਾਹ ਸੋਚਦਾ ਸੀ ਕਿ ਜਿਹੜੀਆਂ ਚੀਜ਼ਾਂ ਪਹਿਨਣ ਵਾਸਤੇ ਦਿੱਤੀਆਂ ਬੰਦਾ ਸਿੰਘ ਕਹੇਗਾ ਇਹ ਤੇਰੀਆਂ ਨਜ਼ਰ ਆ ਰਹੀਆਂ ਨੇ ਔਰ ਇਸ ਨੂੰ ਲਾਲਚ ਦੇ ਕੇ ਡਰਾ ਲਿਆ ਜਾਏਗਾ। ਜਿਹੜਾ ਜਵਾਬ ਬਾਬਾ ਬੰਦਾ ਸਿੰਘ ਬਹਾਦਰ ਨੇ ਹਰਕਸੀਅਰ ਬਾਦਸ਼ਾਹ ਨੂੰ ਦਿੱਤਾ, ਸਤਿਕਾਰਯੋਗ ਸਾਧ ਸੰਗਤ, ਦੁੱਖ ਨਾਲ ਗੱਲ ਕਹਿਣੀ ਪੈਂਦੀ ਹੈ, ਅੱਜ ਉਹ ਜਵਾਬ ਵਿਦੇਸ਼ ਦੀ ਧਰਤੀ ਤੁਹਾਡੇ ਕੋਲ ਹੈ ਪਰ ਪੰਜਾਬ ਦੀ ਧਰਤੀ ਉੱਤੇ 100 ਵਿੱਚੋਂ 90% ਉਹ ਜਵਾਬ ਮੇਰੀ ਕੌਮ ਕੋਲ ਨਹੀਂ। ਹੁਣ ਤੁਸੀਂ ਹੈਰਾਨ ਹੋ ਕੇ ਜਵਾਬ ਕੀ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ? ਆਤਮਕਰ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਪਵਿੱਤਰ ਦਾੜਾ ਆਪਣੇ ਹੱਥ ਅੰਦਰ ਫੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਉਹ ਬਾਦਸ਼ਾਹ ਸਲਾਮਤ,
ਤੇਰੀਆਂ ਪੈਦਲ ਵਾਸਤੇ ਕੀਤੀਆਂ ਹੋਈਆਂ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਮੈਨੂੰ ਸੀਸੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ ਕੀਤਾ ਹੋਇਆ ਸਿੱਖੀ ਸਰੂਪ ਨਜ਼ਰ ਆ ਰਿਹਾ। ਸਰਬਰ ਦੇ ਕੋਲੇ ਹੋ ਗਿਆ ਤਖਸੀਰ ਪਾਤਸ਼ਾਹ, ਕੋਲੇ ਹੁਕਮ ਦਿੱਤਾ ਬੰਦਾ ਸਿੰਘਾ ਮੈਂ ਵੇਖਾਂਗਾ ਤੇਰੀ ਸਿੱਖੀ ਕਿਸ ਸਾਸਾ ਸੰਗ ਕਿਵੇਂ ਨਿਭਦੀਏ। ਸਪਾਹੀ ਆਪਣੇ ਕੋਲ ਸਦਿਆ ਕਹਿੰਦਾ ਤਾਓ ਇਹਦੇ ਨਾਲ ਦੇ 26 ਸਰਦਾਰ ਜਿਹੜੇ ਨੇ ਉਹਨਾਂ ਨੂੰ ਤਰਕੋਲੀਆ ਦੀ ਜੇਲ੍ਹ ਵਿੱਚੋਂ ਕੱਢਿਆ ਜਾਏ ਤੇ ਇਹਨਾਂ ਦਾ ਜਲੂਸ ਕੱਢ ਕੇ ਦਿੱਲੀ ਕੁਤਬ ਮਿਨਾਰ ਦੇ ਕੋਲ ਧਰਤੀ ਦੀ ਹਿੱਕ ਉੱਤੇ ਬਿਠਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਜ਼ਰਾਂ ਦੇ ਸਾਹਮਣੇ 26 ਸਰਦਾਰ ਕਤਲ ਕਰਕੇ ਉਹਨਾਂ ਦੇ ਸਿਰ ਨੇਜਿਆਂ ਦੀ ਨੋਕ ਉੱਤੇ ਟੰਗ ਦਿੱਤੇ ਜਾ। ਸਤਿਕਾਰਯੋਗ ਸਾਧ ਸੰਗਤ, ਪਾਤਸ਼ਾਹ ਸੋਚਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਆਪਣੇ ਸਾਥੀ ਸ਼ਹੀਦ ਹੋ ਗਏ ਨਹੀਂ ਤੱਕੇ, ਜਦੋਂ ਆਪਣੀਆਂ ਨਜ਼ਰਾਂ ਨਾਲ ਤੱਕੇਗਾ ਇਹਨੂੰ ਪਤਾ ਲੱਗ ਜਾਏਗਾ ਕਿ ਜ਼ਿੰਦਗੀ ਜਿਹੜੀ ਉਹ ਬਚਾਉਣੀ ਬੜੀ ਮੁਸ਼ਕਲ ਹੈ, ਹੁਣ ਇਸਲਾਮ ਕੁਰਬਾਨ ਕਰਨੀ ਪਏ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀ ਕੱਢੇ ਗਏ, ਜਲੂਸ ਕੱਢਿਆ ਗਿਆ ਕੁਤਬ ਮਿਨਾਰ ਦੇ ਕੋਲ, ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾ ਦਿੱਤਾ ਗਿਆ ਬਖਤਿਆਰ ਸ਼ਾਹ ਕਾਕੀ ਦਰਗਾਹ ਦੇ ਚਰਨਾਂ ਵਾਰ ਕੇ। ਬਾਬਾ ਬੰਦਾ ਸਿੰਘ ਬਹਾਦਰ ਬੈਠਾ ਹੈ, ਉਹਦੇ 26 ਸਰਦਾਰਾਂ ਦੇ ਸਿਰ ਕਲਮ ਕਰਕੇ ਇੱਕ ਇੱਕ ਤਬਾ ਕਤਲ ਕਰਕੇ ਨੇਕੀਆਂ ਦੀ ਨੋਕ ਉੱਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਚੁਫੇਰੇ ਖੜੇ ਕਰ ਦਿੱਤੇ। ਬਾਦਸ਼ਾਹ ਨੇ ਆਖਿਆ ਬੰਦਾ ਸਿੰਘਾ ਜਿਹੜਾ ਹਸ਼ਰ ਤੇਰੇ ਸਰਦਾਰਾਂ ਦਾ ਹੋਇਆ ਇਹੀ ਹਸ਼ਰ ਤੇਰਾ ਹੋਵੇਗਾ, ਨਹੀਂ ਤੇ ਸਿੱਖੀ ਜਿਹੜੀ ਉਹ ਛੱਡ ਕੇ ਸਰਦਾਰ ਪ੍ਰਵਾਨ ਕਰ ਲੈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਬਾਦਸ਼ਾਹ ਮੈਂ ਪਹਿਲਾਂ ਕਿਹਾ ਕਿ ਮੇਰੀ ਸਿੱਖੀ ਗੁਰੂ ਵੱਲੋਂ ਬਖਸ਼ ਕੀਤੀ ਹੋਈ ਹੈ, ਇਹ ਮੇਰੀ ਕੇਸਰ ਸਵਾਸਾ ਸੰਗ ਨਿਭੇਗੀ, ਇਸ ਤੋਂ ਮੈਨੂੰ ਕੋਈ ਦੂਰ ਨਹੀਂ ਕਰ ਸਕਦਾ। ਬਾਦਸ਼ਾਹ ਨੇ ਕਿਹਾ ਬੰਦਾ ਸਿੰਘਾ ਜੇ ਮੇਰੇ ਕੋਲ ਬੜੇ ਬਾਕੀ ਦਾ ਨੇ ਮੈਂ ਵੇਖਾਂਗਾ ਤੇਰੀ ਸਿੱਖੀ ਕਿੱਥੋਂ ਤੱਕ ਨਿਭਦੀ ਹੈ। ਸਿਪਾਹੀ ਸੱਦਿਆ ਗਿਆ, ਹੁਕਮ ਕੀਤਾ ਜਾਓ ਤਲਵਾਰਖਾਨੇ ਅੰਦਰ ਇਹਦੀ ਤਰੁਣ ਪਤਨੀ ਦੀ ਗੋਦ ਵਿੱਚ ਮੇਰੇ 4 ਸਾਲ ਦਾ ਪੁੱਤਰ ਬਾਬਾ ਅਜਾਇ ਸਿੰਘ ਲੈ ਕੇ ਆਓ। ਦੁਨੀਆਂ ਵਾਲੇ ਹੋ ਕਿਤੇ ਨਜ਼ਰ ਮਾਰ ਕੇ ਵੇਖੋ ਜਿਹੜੀ ਇਹ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਦਾਤ ਐਵੇਂ ਨਹੀਂ ਅਸੀਂ ਸਾਂਭ ਕੇ ਰੱਖੀ, ਅਸੀਂ ਆਪਣੇ ਪੁੱਤਰ ਦੀਆਂ ਦਾਤਾਂ ਵੀ ਇਸ ਦਾਤ ਨੂੰ ਕੁਰਬਾਨ ਕੀਤੀਆਂ। ਮੈਂ ਸਟੇਜ ਉੱਤੇ ਕਹਿੰਦਾ ਹਾਂ ਬੜੀ ਵਾਰ ਹੱਥ ਜੋੜ ਕੇ ਕਿ ਸਾਨੂੰ ਇਸ ਤੋਂ ਤੋੜਿਆ ਜਾ ਰਿਹਾ, ਸਾਨੂੰ ਸ਼ਬਦ ਤੋਂ ਤੋੜਿਆ ਜਾ ਰਿਹਾ। ਜਦੋਂ ਅਸੀਂ ਸ਼ਬਦ ਤੋਂ ਟੁੱਟ ਗਏ ਆਪਣੇ ਕੇਂਦਰ ਤੋਂ ਟੁੱਟ ਗਏ, ਯਾਦ ਰੱਖਿਆ ਜੇ ਫਿਰ ਸਾਡਾ ਉਹ ਹਸ਼ਰ ਹੋਵੇਗਾ ਜਿਹੜਾ ਬੁੱਧ ਧਰਮ ਦਾ ਹਿੰਦੁਸਤਾਨ ਦੀ ਧਰਤੀ ਉੱਤੇ ਹੋਇਆ। ਸਾਨੂੰ ਆਪਣੇ ਕੇਂਦਰ ਨਾਲ ਜੁੜੇ ਰਹਿਣਾ ਚਾਹੀਦਾ, ਆਪਣੇ ਕੇਂਦਰ ਤੋਂ ਟੁੱਟਣਾ ਨਹੀਂ ਚਾਹੀਦਾ, ਔਰ ਉਹਨਾਂ ਸ਼ਰਾਰਤੀ ਲੋਕਾਂ ਦੀਆਂ ਉਹਨਾਂ ਸ਼ਰਾਰਤਾਂ ਤੋਂ ਦੂਰ ਰਹਿਣਾ ਚਾਹੀਦਾ ਜਿਹੜਾ ਸਾਨੂੰ ਸ਼ਬਦ ਤੋਂ ਤੋੜਿਆ ਦਾ ਹੈ। ਸਤਿਕਾਰੀ ਪ੍ਰਸਾਦ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਪੁੱਤਰ ਬਾਬਾ ਅਜਾਇ ਸਿੰਘ ਲਿਆਂਦਾ ਗਿਆ, ਲਿਆ ਕੇ ਛੱਡ ਦਿੱਤਾ ਗਿਆ ਸਿਪਾਹੀ ਵੱਲੋਂ। ਸੰਤੋਖ ਆ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਅਜਾਇ ਸਿੰਘ, ਕਿਉਂਕਿ 6 ਮਹੀਨਿਆਂ ਦੇ ਬਾਅਦ ਬਾਬਾ ਬੰਦਾ ਸਿੰਘ ਦੇ ਦਰਸ਼ਨ ਕੀਤੇ ਸਨ ਬਾਬਾ ਅਜਾਇ ਸਿੰਘ ਨੇ। ਸਾਡੇ ਘਰ ਵਿੱਚੋਂ ਅਸੀਂ ਬਾਹਰ ਚਲੇ ਜਾਈਏ ਆਪਣੇ ਬੱਚੇ ਨੂੰ ਦੱਸਣ ਤੋਂ ਬਿਨਾਂ, ਜਦੋਂ 2-4 ਦਿਨਾਂ ਤੋਂ ਬਾਅਦ ਬਾਪ ਆਪਣੇ ਘਰ ਵਿੱਚ ਪਰਤਦਾ ਹੈ ਨਾ, ਉਹਦੇ ਬੱਚੇ ਲੱਤਾਂ ਨੂੰ ਗੁਰਵਾਕੜੀ ਪਾ ਕੇ ਕਹਿੰਦੇ ਨੇ ਪਿਤਾ ਜੀ ਸਾਨੂੰ ਦੱਸਣ ਤੋਂ ਬਿਨਾਂ ਘਰ ਵਿੱਚੋਂ ਕਿੱਥੇ ਚਲੇ ਗਏ, ਅਸੀਂ 4 ਦਿਨ ਤਾਂ ਸਾਨੂੰ ਉਡੀਕਦੇ ਰਹੇ, ਸਾਡਾ ਜੀ ਨਹੀਂ ਸੀ ਲੱਗਦਾ। ਯਾਦ ਰੱਖਿਆ ਜਿਸ ਬੱਚੇ ਨੇ 6 ਮਹੀਨੇ ਬਾਅਦ ਆਪਣੇ ਬਾਪ ਦੇ ਦਰਸ਼ਨ ਕੀਤੇ ਹੋਣਗੇ ਉਸ ਬਾਪ ਨੂੰ ਕਿੰਨਾ ਚਾਹ ਹੋਵੇਗਾ। ਸੰਤੋਖ ਤਾਂ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਗੱਲ ਨੂੰ ਗੁਰਵਾਕੜੀ ਪਾ ਕੇ ਅਜਾਇ ਸਿੰਘ ਨੇ ਆਖਿਆ ਪਿਤਾ ਜੀ ਤੁਸੀਂ ਕਿੱਥੇ ਚਲੇ ਗਏ ਸੀ, 6 ਮਹੀਨੇ ਲੰਘ ਗਏ ਔਰ ਸਾਨੂੰ ਛੱਡ ਕੇ ਅਸੀਂ ਤੁਹਾਨੂੰ ਦੇਖ ਨਹੀਂ ਸਕੇ। ਯਾਦ ਰੱਖਿਆ ਜੇ ਸ਼ਾਦੀ ਨਾਲ ਲੱਗੇ ਹੋਏ ਬਾਬਾ ਅਜਾਇ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹ ਮਿਲਣੀ ਬਹੁਤੀ ਜਲਾਦ ਨੇ ਪਰਵਾਹ ਨਾ ਕੀਤੀ, ਕੇਸਾਂ ਤੋਂ ਹੱਥ ਪਾਇਆ ਤੇ ਬਾਬਾ ਅਜਾਇ ਸਿੰਘ ਨੂੰ ਪਛਾਣ ਖਿੱਚ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਅੰਦਰ ਉਠਾ ਦਿੰਦਾ, ਉਹਦੇ ਹੱਥ ਤੇ ਛੁਰਾ ਦੇ ਕੇ ਆਖਿਆ ਬੰਦਾ ਸਿੰਘਾ ਬਾਦਸ਼ਾਹ ਦਾ ਹੁਕਮ ਹੈ ਕਿ ਆਪਣੇ ਪੁੱਤਰ ਦਾ ਸੀਨਾ ਚੀਰ ਤੇ ਇਹਦਾ ਤੜਫਦਾ ਹੋਇਆ ਦਿਲ ਕੱਢ ਕੇ ਬਾਹਰ ਰੱਖ ਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਉਹ ਜਲਾਦ ਇਹ ਤੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਮੇਰਾ ਪੁੱਤਰ ਪਿਆ, ਕਿਤੇ ਤੇਰਾ ਪੁੱਤਰ ਲੜਾ ਦਿੱਤਾ ਜਾਏ, ਬਾਦਸ਼ਾਹ ਦਾ ਪੁੱਤ ਵੀ ਆ ਕੇ ਲੜਾ ਦਿੱਤਾ ਜਾਏ ਤੇ ਬੰਦਾ ਸਿੰਘ ਨੂੰ ਕਹਿਣ ਕੇ ਸ਼ੁਰਾ ਲੈ ਕੇ ਇਸ ਦਾ ਸੀਨਾ ਚੀਰ ਕੇ ਦਿਲ ਕੱਢ ਕੇ ਬਾਹਰ ਰੱਖ ਦੇ। ਬੰਦਾ ਸਿੰਘ ਦੇ ਹੱਥ ਤੇ ਤੁਹਾਡੇ ਪੁੱਤਰਾਂ ਦੇ ਸੀਨੇ ਉੱਤੇ ਵੀ ਨਹੀਂ ਚੱਲਣਗੇ, ਇਹ ਤੇ ਮੇਰੀਆਂ ਨਜ਼ਰਾਂ ਦੇ ਸਾਹਮਣੇ ਮੇਰਾ ਪੁੱਤਰ ਪਿਆ। ਜਲਾਦ ਨੇ ਆਖਿਆ ਬੰਦਾ ਸਿੰਘਾ ਜਦੋਂ ਪੁੱਤਰ ਦਾ ਸੀਨਾ ਚੀਰ ਦੀ ਗੱਲ ਸਾਹਮਣੇ ਆਈ ਤੇਰੇ ਹੱਥ ਰੁਕੇ ਨੇ ਛੁਰਾ ਚਲਾਉਣ ਤੋਂ, ਤੇਰੀ ਜਵਾਬ ਵੀ ਰੁਕੇਗੀ, ਤੂੰ ਪਕਾਰ ਕਰਕੇ ਗੱਲ ਕਹੇਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਨਹੀਂ ਸਲਾਮ ਪ੍ਰਵਾਨ ਕਰ ਲੈਂਦਾ। ਬਾਦਸ਼ਾਹ ਨੇ ਹੁਕਮ ਦਿੱਤਾ ਇਹਦੇ ਹੱਥ ਵਿੱਚੋਂ ਛੁਰਾ ਖੋਹਿਆ ਜਾਏ ਤੇ ਇਹਦੀਆਂ ਨਜ਼ਰਾਂ ਦੇ ਸਾਹਮਣੇ ਇਸਦੇ ਪੁੱਤ ਦਾ ਸੀਨਾ ਚੀਰ ਦਿੱਤਾ ਜਾਏ, ਪੱਥਰ ਦੀ ਚਟਾਨ ਪਾਪੀ ਗਦਾਕ ਅੱਗੇ ਵਧੇ। ਉਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚੋਂ ਛੁਰਾ ਖੋਹਿਆ ਔਰ ਬਾਬਾ ਅਜਾਇ
Oh!
ਹੁਣ ਮੇਰੀ ਸ਼ਾਦੀ ਤੋਂ ਜਲਾਦੇ ਨੂੰ ਕਦੇ ਦੂਰ ਨਹੀਂ ਕਰੇਗਾ।
तेरे शरीर में जान ना रही, पर तू अपने दिल में जो बाप का सत्कार खत्म नहीं हो देता, और टुकड़े करा के भी मेरी शादी ने लगे। बाबा बंदा सिंह बहादुर ने अपने बाहों अपने पोते शरीर के टुकड़े उठ के शादी लाए। जलाद ने सवाल किए, बंदा सिंह आए की? बाबा बंदा सिंह ने आखिया, जलाद इस गल का जवाब तैमूरी बादशाह नूं अगे कीता जाएगा। बादशाह अगे वध्या ते फरसीर बादशाह ने आखिया, बंदा सिंह आए की? बाबा बंदा सिंह बहादुर ने आखिया, बादशाह दो पहलवान खाने भी जाते, कुश्ती लड़ी जाती, एक हारता है एक जितता है, हारिया हुआ पहलवान जीते दे गल विच हार पा के इस गल का सबूत देंदे दुनिया के लोगों के मैं हार गया हाँ ये जित गया। असी कुश्ती नहीं कुरबानी के दंगल विच दो मैदान विच आए सन। बंदा सिंह जित गया है, तेरे को हुल्लां का हार नहीं, मेरे पुत्त के शरीर के टुकड़िया का हार बना के मेरे गल च पा के तू दुनिया के लोगों को दसिया कि बंदा सिंह जीत गया है, मैं हार गया। मथे उत्ते वट पै गया फरसीर ने, खुक दिता जलाद के बाबा बंदा सिंह बहादुर ने कतल कर दिता जाए, शहीद कर दिता जाए। पूछया बाबा बंदा सिंह बहादुर ने केड़ी मौके ते नु मारिया जाए? बाबा बंदा सिंह बहादुर गुरु के सिंह ने आख्या, जलाद ए मैनू नहीं ए बादशाह नु पूछया जाए, जेड़ी मौके मरना बादशाह प्रदान करता है मैनू उस मौके मार दिता जाए। आओ तकिए जून 1716 ईस्वी अपनी गोद विच चार साल के पुत्र बाबा अजय सिंह नु शहीद करवाउण तो बाद सिख कौम का पहला बादशाह बाबा बंदा सिंह बहादुर काकी शाह बख्तियार की दरगाह उत्ते चौकड़ा ला के बैठा होया, जिवें सिखी की खातर शाह दा जान पी रहे। मैं यह सदरा कह के तुहाडे कोल खिमा मंगांगा, नियत की दा समा होया, अपने निशानी उत्ते पहुंच गया। जून 1716 ईस्वी नूं गुरु गोबिंद सिंह महाराज के हत्था तों अमृत छक के त्यार पर त्यार होया सिंह, बख्शिश की है गुरु गोबिंद सिंह पातशाह महाराज की दात सिखी, जिवें बाबा बंदा सिंह बहादुर लगाउंदा होया शहीद होए अपने ख्याल दी नजर ना तकी। Bitch!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।